ਮੋਹਾਲੀ ਦੇ ਵਿੱਚ ਇੱਕ 5 ਬੰਦਿਆਂ ਦੇ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਜਨਾਂ ਦੇ ਉੱਪਰ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਲੋਕਾਂ ਦੀ ਕੋਲੋਂ ਜਬਰੀ ਵਸੂਲੀ ਕੀਤੀ ਜਾਂਦੀ ਸੀ ਜਬਰੀ ਉਹਨਾਂ ਨੂੰ ਵੱਖ ਵੱਖ ਡਿਪਾਰਟਮੈਂਟਾਂ ਦਾ ਡਰ ਦਿਖਾ ਕੇ ਉਹਨਾਂ ਦੇ ਕੋਲੋਂ ਜਬਰੀ ਵਸੂਲੀ ਕੀਤੀ ਜਾਂਦੀ ਸੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਸੀ ਅਜਿਹੇ ਇਲਜ਼ਾਮ ਨੇ ਦੱਸਦੀ ਕਿ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਸੀਟੀਵੀ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਕਿ ਇੱਕ ਵਿਅਕਤੀ ਥਾਰ ਦੇ ਵਿੱਚੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਕਾਲੇ ਰੰਗ ਦੀ ਗੱਡੀ ਹੈ ਉਸ ਤੋਂ ਬਾਅਦ ਇੱਕ ਚਿੱਟੇ ਰੰਗ ਦੀ ਗੱਡੀ ਜਿਹੜੀ ਹੈ ਉੱਥੇ ਖੜੀ ਹੁੰਦੀ ਹੈ ਜਿਸ ਦੇ ਵਿੱਚ ਬੈਠੇ ਵਿਅਕਤੀ ਦੇ ਕੋਲ ਪਹੁੰਚਦਾ ਉਸ ਤੋਂ ਬਾਅਦ ਕੋਈ ਗੱਲਬਾਤ ਹੁੰਦੀ ਹੈ ਅਤੇ ਬਾਅਦ ਦੇ ਵਿੱਚ ਗੱਡੀ ਲੈ ਕੇ ਨਿਕਲ ਜਾਂਦੇ ਨੇ ਜਿਸ ਤੋਂ ਬਾਅਦ ਇਸ ਸੀਸੀਟੀਵੀ ਦੇ ਆਧਾਰ ਤੇ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਿਸ ਦੇ ਵਿੱਚੋਂ ਇੱਕ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ 2008-2009 ਦੇ ਵਿੱਚ ਇਸਨੂੰ ਪੁਲਿਸ ਦੀ ਡਿਊਟੀ ਤੋਂ ਡਿਸਮਿਸ ਕੀਤਾ ਗਿਆ ਸੀ ਤੇ ਇੱਕ ਵਿਅਕਤੀ ਦਾ ਡੈਂਟਲ ਕਲੀਨਿਕ ਦੱਸਿਆ ਜਾ ਰਿਹਾ ਦੱਸਦੀ ਕਿ ਮੋਹਾਲੀ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ 5 ਬੰਦੇ ਜਿਹੜੇ ਨੇ ਅਰੈਸਟ ਕੀਤੇ ਨੇ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਇਹਨਾਂ ਦੇ ਵੱਲੋਂ ਲੋਕਾਂ ਤੋਂ ਜਬਰੀ ਵਸੂਲੀ ਕੀਤੀ ਜਾਂਦੀ ਸੀ ਵੱਖ ਵੱਖ ਡਿਪਾਰਟਮੈਂਟਾਂ ਦਾ ਡਰ ਦਿਖਾਇਆ ਜਾਂਦਾ ਸੀ ਕਦੇ CIA ਸਟਾਫ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਫਿਰੌਤੀ ਦੀ ਮੰਗ ਕਰਦੇ ਸੀ ਸਦਰਗੜ੍ਹ ਪੁਲਿਸ ਨੇ ਬੜਾ ਹੀ ਸ਼ਲਾਘਾਯੋਗ ਕੰਮ ਕਰਦੇ ਹੋਏ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਫਿਰੌਤੀਆਂ ਮੰਗ ਰਿਹਾ ਸੀਗਾ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਨਾਮ ਦੇ ਉੱਪਰ ਲੋਕਾਂ ਨੂੰ ਉਹ ਜ਼ਬਰਦਸਤੀ ਫੜ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹਦੇ ਅੰਡਰ ਅਸੀਂ ਸੈਕਸ਼ਨ ਆਪਣਾ FIR ਨੰਬਰ 151 ਅੰਡਰ ਪ੍ਰੋਪਰ ਜਿਹੜੀ ਸੈਕਸ਼ਨ ਜਿਹੜੀਆਂ ਨੇ ਬਣਦੀਆਂ ਸੀ ਕਿਡਨੈਪਿੰਗ ਦੀਆਂ ਡਰਾਉਣ ਦੀਆਂ ਜਾਂ ਜਾਲੀ ਵੇਸ਼ਭੂਸ਼ਾ ਵਾਲੀਆਂ ਸਾਰੀਆਂ ਉਹਦੇ ਅੰਡਰ ਅਸੀਂ FIR ਰਜਿਸਟਰ ਕਰਕੇ 5 ਬੰਦਿਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਿਹੜੇ ਕਿ ਇਹਨਾਂ ਦੀ ਜਿਹੜੀ ਮੋਡਸ ਓਪਰੈਂਡੀ ਇਹ ਸੀ ਵੀ ਹਾਂ ਵੀ ਕੋਈ ਬੰਦੇ ਨੂੰ ਫੜ ਕੇ ਉਹਨੂੰ ਡਰਾਉਣਾ ਵੀ ਹਾਂ ਵੀ ਅਸੀਂ CIA ਵਾਲੇ ਹਾਂ ਜਾਂ ਅਸੀਂ ਦੂਜੇ ਡਿਪਾਰਟਮੈਂਟ ਤੋਂ ਹਾਂ ਤੁਸੀਂ ਆਹ ਨਸ਼ਾ ਕਰਦੇ ਹੋ ਜਾਂ ਤੁਸੀਂ ਆਪਣਾ ਕੋਈ ਹੋਰ ਸਮਾਨ ਵੇਚਦੇ ਹੋ ਉਸ ਤਰੀਕੇ ਨਾਲ ਇਹਨਾਂ ਨੂੰ ਲੋਕਾਂ ਨੂੰ ਡਰਾ ਕੇ ਧਮਕਾ ਕੇ ਡਿਪਾਰਟਮੈਂਟ ਦਾ ਨਾਮ ਯੂਜ਼ ਕਰਕੇ ਉਹਦੇ ਕੋਲ ਪੈਸੇ ਜਬਰੀ ਵਸੂਲਦੇ ਸੀਗੇ ਅਤੇ ਇਹਦੇ ਵਿੱਚ ਹੁਣ ਤੱਕ ਜਿਹੜੀਆਂ 5 ਗ੍ਰਿਫਤਾਰੀਆਂ ਇਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਹੈਗਾ ਹੈ ਵੀ ਜੋ ਜਿਹਦੇ ਬਾਰੇ ਸਾਨੂੰ ਇੰਨਾ ਪਤਾ ਚੱਲਿਆ ਵੀ 2008-2009 ਦੇ ਵਿੱਚ ਉਹ ਡਿਸਮਿਸ ਹੋ ਚੁੱਕਾ ਹੈ ਉਹ ਵੀ ਸੀਗਾ ਗੈਂਗ ਦਾ ਮੈਂਬਰ ਇੱਕ ਕੋਈ ਆਪਣੇ ਆਪ ਨੂੰ ਸੋ ਕਾਲਡ ਡੈਂਟਲ ਟੈਕਨੀਸ਼ੀਅਨ ਹੈ ਵੀ ਹਾਂ ਵੀ ਉਹਦਾ ਕਲੀਨਿਕ ਵੀ ਹੈਗਾ ਇੱਥੇ ਖਰੜ ਦੇ ਵਿੱਚ ਅਤੇ ਬਾਕੀ 3 ਬੰਦੇ ਹੋਰ ਨੇ ਜਿਨ੍ਹਾਂ ਨੂੰ ਅਸੀਂ ਅੱਜ ਪੇਸ਼ ਵੀ ਕੀਤਾ ਸਾਨੂੰ ਕੱਲ੍ਹ ਤੱਕ ਦਾ ਰਿਮਾਂਡ ਮਿਲਿਆ ਇਹਨਾਂ ਦੇ ਵਿੱਚ 5 ਅਰੈਸਟ ਹੁਣ ਤੱਕ ਹੋ ਚੁੱਕੀਆਂ ਇਹਨਾਂ ਦੋ 3 ਵਾਰਦਾਤਾਂ ਜਿਹੜੀਆਂ ਹੈਗੀਆਂ ਸੀ ਜਿਹੜੀ ਲੇਟੈਸਟ ਹੋਈਆਂ ਉਹਦੇ 'ਚ ਸਾਨੂੰ CCTV ਫੁਟੇਜ ਅਤੇ ਗਵਾਹ ਜਿਹੜੇ ਨੇ ਪ੍ਰੋਪਰ ਮਿਲ ਚੁੱਕੇ ਨੇ ਅਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਜਦੋਂ ਮੁੱਖ ਵੀ ਆਈ ਵੀ ਇਹ ਬੰਦੇ ਗੈਂਗ ਇੱਥੇ ਐਕਟਿਵ ਹੈ ਉਹਨਾਂ ਨੂੰ ਸਾਰਿਆਂ ਨੂੰ ਕਾਬੂ ਕੀਤਾ ਸਾਰੇ ਗੈਂਗ ਨੂੰ ਅਤੇ ਹੁਣ ਸਾਡੇ ਕੋਲ ਆਪਣਾ ਰਿਮਾਂਡ 'ਤੇ ਨੇ ਬਾਕੀ ਹੋਰ ਪੁੱਛ ਗਿੱਛ ਜੋ ਵੀ ਖੁਲਾਸਾ ਹੁੰਦਾ ਉਹ ਤੁਹਾਨੂੰ ਅੱਗੇ ਦੱਸਿਆ ਜਾਊਗਾ ਸਦਰਗੜ੍ਹ ਪੁਲਿਸ ਨੇ ਬੜਾ ਹੀ ਸ਼ਲਾਘਾਯੋਗ ਕੰਮ ਕਰਦੇ ਹੋਏ ਇੱਕ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਫਿਰੌਤੀਆਂ ਮੰਗ ਰਿਹਾ ਸੀਗਾ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਨਾਮ ਦੇ ਉੱਪਰ ਲੋਕਾਂ ਨੂੰ ਉਹ ਜ਼ਬਰਦਸਤੀ ਫੜ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ ਇਹਦੇ ਅੰਡਰ ਅਸੀਂ ਸੈਕਸ਼ਨ ਆਪਣਾ FIR ਨੰਬਰ 151 ਅੰਡਰ ਪ੍ਰੋਪਰ ਜਿਹੜੀ ਸੈਕਸ਼ਨ ਜਿਹੜੀਆਂ ਨੇ ਬਣਦੀਆਂ ਸੀ ਕਿਡਨੈਪਿੰਗ ਦੀਆਂ ਡਰਾਉਣ ਦੀਆਂ ਜਾਂ ਜਾਲੀ ਵੇਸ਼ਭੂਸ਼ਾ ਵਾਲੀਆਂ ਸਾਰੀਆਂ ਉਹਦੇ ਅੰਡਰ ਅਸੀਂ FIR ਰਜਿਸਟਰ ਕਰਕੇ 5 ਬੰਦਿਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਿਹੜੇ ਕਿ ਇਹਨਾਂ ਦੀ ਜਿਹੜੀ ਮੋਡਸ ਓਪਰੈਂਡੀ ਇਹ ਸੀ ਵੀ ਹਾਂ ਵੀ ਕੋਈ ਬੰਦੇ ਨੂੰ ਫੜ ਕੇ ਉਹਨੂੰ ਡਰਾਉਣਾ ਵੀ ਹਾਂ ਵੀ ਅਸੀਂ CIA ਵਾਲੇ ਹਾਂ ਜਾਂ ਅਸੀਂ ਦੂਜੇ ਡਿਪਾਰਟਮੈਂਟ ਤੋਂ ਹਾਂ ਤੁਸੀਂ ਆਹ ਨਸ਼ਾ ਕਰਦੇ ਹੋ ਜਾਂ ਤੁਸੀਂ ਆਪਣਾ ਕੋਈ ਹੋਰ ਸਮਾਨ ਵੇਚਦੇ ਹੋ ਉਸ ਤਰੀਕੇ ਨਾਲ ਇਹਨਾਂ ਨੂੰ ਲੋਕਾਂ ਨੂੰ ਡਰਾ ਕੇ ਧਮਕਾ ਕੇ ਡਿਪਾਰਟਮੈਂਟ ਦਾ ਨਾਮ ਯੂਜ਼ ਕਰਕੇ ਉਹਦੇ ਕੋਲ ਪੈਸੇ ਜਬਰੀ ਵਸੂਲਦੇ ਸੀਗੇ ਅਤੇ ਇਹਦੇ ਵਿੱਚ ਹੁਣ ਤੱਕ ਜਿਹੜੀਆਂ 5 ਗ੍ਰਿਫਤਾਰੀਆਂ ਹੈ ਇਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਹੈਗਾ ਹੈ ਵੀ ਜੋ ਜਿਹਦੇ ਬਾਰੇ ਸਾਨੂੰ ਇੰਨਾ ਪਤਾ ਚੱਲਿਆ ਵੀ 2008-2009 ਦੇ ਵਿੱਚ ਉਹ ਡਿਸਮਿਸ ਹੋ ਚੁੱਕਾ ਹੈ ਉਹ ਵੀ ਸੀਗਾ ਗੈਂਗ ਦਾ ਮੈਂਬਰ ਇੱਕ ਕੋਈ ਆਪਣੇ ਆਪ ਨੂੰ ਸੋ ਕਾਲਡ ਡੈਂਟਲ ਟੈਕਨੀਸ਼ੀਅਨ ਹੈ ਵੀ ਹਾਂ ਵੀ ਉਹਦਾ ਕਲੀਨਿਕ ਵੀ ਹੈਗਾ ਇੱਥੇ ਖਰੜ ਦੇ ਵਿੱਚ ਅਤੇ ਬਾਕੀ 3 ਬੰਦੇ ਹੋਰ ਨੇ ਜਿਨ੍ਹਾਂ ਨੂੰ ਅਸੀਂ ਅੱਜ ਪੇਸ਼ ਵੀ ਕੀਤਾ ਸਾਨੂੰ ਕੱਲ੍ਹ ਤੱਕ ਦਾ ਰਿਮਾਂਡ ਮਿਲਿਆ ਇਹਨਾਂ ਦੇ ਵਿੱਚ 5 ਅਰੈਸਟ ਹੁਣ ਤੱਕ ਹੋ ਚੁੱਕੀਆਂ ਇਹਨਾਂ ਦੋ 3 ਵਾਰਦਾਤਾਂ ਜਿਹੜੀਆਂ ਹੈਗੀਆਂ ਸੀ ਜਿਹੜੀਆਂ ਲੇਟੈਸਟ ਹੋਈਆਂ ਉਹਦੇ 'ਚ ਸਾਨੂੰ CCTV ਫੁਟੇਜ ਅਤੇ ਗਵਾਹ ਜਿਹੜੇ ਨੇ ਪ੍ਰੋਪਰ ਮਿਲ ਚੁੱਕੇ ਨੇ ਅਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਜਦੋਂ ਮੁੱਖ ਵੀ ਆਈ ਵੀ ਇਹ ਬੰਦੇ ਗੈਂਗ ਇੱਥੇ ਐਕਟਿਵ ਹੈ ਉਹਨਾਂ ਨੂੰ ਸਾਰਿਆਂ ਨੂੰ ਕਾਬੂ ਕੀਤਾ ਸਾਰੇ ਗੈਂਗ ਨੂੰ ਅਤੇ ਹੁਣ ਸਾਡੇ ਕੋਲ ਆਪਣਾ ਰਿਮਾਂਡ 'ਤੇ ਨੇ ਬਾਕੀ ਹੋਰ ਪੁੱਛ ਗਿੱਛ ਜੋ ਵੀ ਖੁਲਾਸਾ ਹੁੰਦਾ ਉਹ ਤੁਹਾਨੂੰ ਅੱਗੇ ਦੱਸਿਆ ਜਾਊਗਾ